ਪਾਠ 1 ਭਾਸ਼ਾ ਜਾਂ ਬੋਲੀ ਬੋਲੀ ਜਾਂ ਭਾਸ਼ਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿਣ ਵਾਸਤੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਪੈਂਦਾ ਹੈ ਇਸ ਲਈ ਇੱਕ ਦੂਜੇ ਦੇ ਵਿਚਾਰ ਅਤੇ ਭਾਵਨਾ ਨੂੰ ਸਮਝਣਾ ਪੈਂਦਾ ਹੈ ਜਿਸ ਲਈ ਭਾਸ਼ਾ ਆਪਣਾ ਇੱਕ ਅਹਿਮ ਸਥਾਨ ਰੱਖਦੀ ਹੈ ਵੇਖੋ ਪੜੋ ਅਤੇ ਸਮਝੋ ਪਹਿਲੀ ਤਸਵੀਰ ਵਿੱਚ ਮੁੰਡਾ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਹੈ ਜੋ ਭਾਸ਼ਾ ਦਾ ਮੌਖਿਕ ਜਾਂ ਬੋਲਚਾਲ ਵਾਲਾ ਰੂਪ ਅਖਵਾਉਂਦਾ ਹੈ ਦੂਜੀ ਤਸਵੀਰ ਵਿੱਚ ਕੁੜੀ ਲੈਪਟਾਪ ਤੇ ਕੁਝ ਟਾਈਪ ਕਰ ਰਹੀ ਹੈ ਜੋ ਭਾਸ਼ਾ ਦਾ ਲਿਖਤੀ ਰੂਪ ਅਖਵਾਉਂਦਾ ਹੈ ਬੋਲੀ ਜਾਂ ਭਾਸ਼ਾ ਦੀ ਪਰਿਭਾਸ਼ਾ ਜਿਸ ਸਾਧਨ ਦੁਆਰਾ ਅਸੀਂ ਆਪਣੇ ਮਨ ਦੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ ਉਸ ਨੂੰ ਭਾਸ਼ਾ ਆਖਦੇ ਹਨ ਬੋਲੀ ਜਾਂ ਭਾਸ਼ਾ ਦਾ ਜਨਮ ਇਹ ਕਿਹਾ ਜਾਂਦਾ ਹੈ ਕਿ ਭਾਸ਼ਾ ਦੀ ਉਤਪਤੀ ਤੋਂ ਪਹਿਲਾਂ ਆਦਮਨੁੱਖ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜਾਨਵਰਾਂ ਦੀ ਤਰ੍ਹਾਂ ਆਵਾਜ਼ਾਂ ਕੱਢਦਾ ਸੀ ਹੌਲੀ-ਹੌਲੀ ਸਰੀਰਕ ਇਸ਼ਾਰਿਆਂ ਨਾਲ ਬਾਅਦ ਵਿੱਚ ਥੋੜੇ-ਥੋੜੇ ਨਿਰਾਰਥਕ ਸ਼ਬਦ ਬੋਲੀ ਬਣਦੇ ਗਏ ਭਾਸ਼ਾ ਦੀਆਂ ਕਿਸਮਾਂ ਬੋਲੀ ਜਾਂ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਦੂਜੀ ਲਿਖਤੀ ਜਾਂ ਸਾਹਿਤਿਕ ਭਾਸ਼ਾ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਜਦੋਂ ਅਸੀਂ ਆਪਣੇ ਮਨ ਦੇ ਵਿਚਾਰ ਬੋਲ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ ਉਸ ਨੂੰ ਮੌਖਿਕ ਭਾਸ਼ਾ ਜਾਂ ਬੋਲਚਾਲ ਦੀ ਬੋਲੀ ਵਧੇਰੇ ਆਖਦੇ ਹਨ ਇਸ ਬੋਲੀ ਦਾ ਰੂਪ ਹੇਠਾਂ ਦਿੱਤੇ ਚਿੱਤਰਾਂ ਵਿੱਚ ਵੇਖ ਸਕਦੇ ਹੋ ਪੰਟੀ ਤੇਰੇ ਇਮਤਿਹਾਨ ਨੇੜੇ ਆ ਰਹੇ ਹਨ ਜੀ ਹਾਂ ਪਿਤਾ ਜੀ ਮੈਂ ਉਹਨਾਂ ਦੀ ਤਿਆਰੀ ਸ਼ੁਰੂ ਕਰ ਲਈ ਹੈ ਜੀ ਹਾਂ ਪਿਤਾ ਜੀ ਮੈਂ ਚੰਗੇ ਅੰਕ ਲੈ ਕੇ ਪਾਸ ਹੋਵਾਂਗਾ ਸ਼ਾਬਾਸ਼ ਜਿਹੜੇ ਬੱਚੇ ਮਿਹਨਤ ਕਰਦੇ ਹਨ ਉਹ ਜ਼ਰੂਰ ਕਾਮਯਾਬ ਹੁੰਦੇ ਹਨ ਲਿਖਤੀ ਜਾਂ ਸਾਹਿਤਿਕ ਭਾਸ਼ਾ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਲਿਖ ਕੇ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਉਸ ਨੂੰ ਲਿਖਤੀ ਭਾਸ਼ਾ ਆਖਦੇ ਹਨ ਇਸ ਨੂੰ ਸਾਹਿਤਿਕ ਜਾਂ ਟਕਸਾਲੀ ਬੋਲੀ ਵੀ ਆਖਦੇ ਹਨ ਇਹ ਵਿਆਕਰਨ ਦੇ ਪੱਖੋਂ ਸ਼ੁੱਧ ਬੋਲੀ ਹੁੰਦੀ ਹੈ ਭਾਸ਼ਾ ਦੇ ਰੂਪ ਮਾਂ ਬੋਲੀ ਜਾਂ ਮਾਤ ਭਾਸ਼ਾ ਬੱਚਾ ਜਿਹੜੀ ਬੋਲੀ ਆਪਣੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਪਾਸੋਂ ਸਿੱਖਦਾ ਹੈ ਉਸ ਨੂੰ ਮਾਂ ਬੋਲੀ ਆਖਦੇ ਹਨ ਇਸ ਭਾਸ਼ਾ ਵਿੱਚ ਹੀ ਬੱਚੇ ਦੀ ਮੁਹਾਰਤ ਹੁੰਦੀ ਹੈ ਅਤੇ ਇਸ ਲਈ ਹੀ ਇਸ ਭਾਸ਼ਾ ਵਿੱਚ ਬੱਚਾ ਆਪਣੇ ਭਾਵ ਵਧੇਰੇ ਚੰਗੀ ਤਰ੍ਹਾਂ ਬਿਆਨ ਕਰ ਸਕਦਾ ਹੈ ਰਾਸ਼ਟਰੀ ਭਾਸ਼ਾ ਹਰ ਦੇਸ਼ ਦੀ ਆਪਣੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਹੜੀ ਸਾਰੇ ਦੇਸ਼ ਵਾਸੀਆਂ ਵਿੱਚ ਏਕੇ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਇੱਕ ਦੂਜੇ ਨੂੰ ਜਾਣਨ ਵਿੱਚ ਸਹਾਇਤਾ ਕਰਦੀ ਹੈ ਭਾਰਤ ਦੇ ਸੰਵਿਧਾਨ ਵਿੱਚ 14 ਸਤੰਬਰ 1949 ਈਸਵੀ ਨੂੰ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ ਅੰਤਰਰਾਸ਼ਟਰੀ ਭਾਸ਼ਾ ਵਿਸ਼ਵ ਭਰ ਦੇ ਅਨੇਕਾਂ ਦੇਸ਼ ਆਪੋ ਆਪਣੀ ਭਾਸ਼ਾ ਬੋਲਦੇ ਹਨ ਪਰ ਸਾਰੇ ਦੇਸ਼ ਅਪਸੀ ਸੰਬੰਧ ਰੱਖਣ ਲਈ ਇੱਕ ਸਾਂਝੀ ਭਾਸ਼ਾ ਅੰਗਰੇਜ਼ੀ ਦਾ ਪ੍ਰਯੋਗ ਕਰਦੇ ਹਨ ਇਸ ਲਈ ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਵਜੋਂ ਜਾਣਿਆ ਜਾਂਦਾ ਹੈ ਭਾਰਤ ਦੀਆਂ ਭਾਸ਼ਾਵਾਂ ਪਿਆਰੇ ਬੱਚਿਓ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਹਨ ਇਸ ਦੇ 29 ਰਾਜ ਹਨ ਇਹਨਾਂ 29 ਰਾਜਾਂ ਦੇ ਲੋਕਾਂ ਦੀ ਆਪਣੀ ਆਪਣੀ ਬੋਲੀ ਹੈ ਇਸ ਤਰ੍ਹਾਂ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਅਤੇ ਪੜ੍ਹੀਆਂ ਜਾਂਦੀਆਂ ਹਨ ਪਰੰਤੂ ਭਾਰਤੀ ਸੰਵਿਧਾਨ ਵਿੱਚ ਸਿਰਫ 22 ਭਾਸ਼ਾਵਾਂ ਨੂੰ ਹੀ ਮਾਨਤਾ ਦਿੱਤੀ ਗਈ ਹੈ ਬੋਲੀ ਦਾ ਨਾਂ ਪੰਜਾਬੀ ਪ੍ਰਾਂਤ ਦਾ ਨਾਂ ਪੰਜਾਬ ਬੋਲੀ ਦਾ ਨਾਂ ਸੰਸਕ੍ਰਿਤ ਪ੍ਰਾਂਤ ਦਾ ਨਾਂ ਸਰਵਸਾਂਜੀ ਬੋਲੀ ਦਾ ਨਾਂ ਉਰਦੂ ਪ੍ਰਾਂਤ ਦਾ ਨਾਂ ਸਰਵਸਾਂਜੀ ਬੋਲੀ ਦਾ ਨਾਂ ਤੇਲਗੂ ਪ੍ਰਾਂਤ ਦਾ ਨਾਂ ఆంధ్రప్రదేశ్ बोली ਦਾ ਨਾਮ ਕੰਨੜ ਪ੍ਰਾਂਤ ਦਾ ਨਾਮ ਕਰਨਾਟਕ ਬੋਲੀ ਦਾ ਨਾਮ ਉੜੀਆ ਪ੍ਰਾਂਤ ਦਾ ਨਾਮ ਉੜੀਸਾ ਬੋਲੀ ਦਾ ਨਾਮ ਸਿੰਧੀ ਪ੍ਰਾਂਤ ਦਾ ਨਾਮ ਪਾਕਿਸਤਾਨ ਬੋਲੀ ਦਾ ਨਾਮ ਕੌਂਕਣੀ ਪ੍ਰਾਂਤ ਦਾ ਨਾਮ ਪਹਾੜੀ ਇਲਾਕੇ ਬੋਲੀ ਦਾ ਨਾਮ ਬੰਗਾਲੀ ਪ੍ਰਾਂਤ ਦਾ ਨਾਮ ਬੰਗਾਲ ਬੋਲੀ ਦਾ ਨਾਮ ਸੰਖਾਲੀ ਪ੍ਰਾਂਤ ਦਾ ਨਾਮ ਸੰਖਾਲ ਬੋਲੀ ਦਾ ਨਾਮ ਹਿੰਦੀ ਪ੍ਰਾਂਤ ਦਾ ਨਾਮ ਰਾਸ਼ਟਰੀ ਭਾਸ਼ਾ ਬੋਲੀ ਦਾ ਨਾਮ ਡੋਗਰੀ ਕਸ਼ਮੀਰੀ ਪ੍ਰਾਂਤ ਦਾ ਨਾਮ ਜੰਮੂ ਕਸ਼ਮੀਰ ਬੋਲੀ ਦਾ ਨਾਮ ਬੋਡੋ ਅਤੇ ਅਸਾਮੀ ਪ੍ਰਾਂਤ ਦਾ ਨਾਮ ਆਸਾਮ ਬੋਲੀ ਦਾ ਨਾਮ ਤਮਿਲ ਪ੍ਰਾਂਤ ਦਾ ਨਾਮ ਤਮਿਲਨਾਡੂ ਬੋਲੀ ਦਾ ਨਾਮ ਮਲਿਆਲਮ ਪ੍ਰਾਂਤ ਦਾ ਨਾਮ ਕੇਰਲਾ ਬੋਲੀ ਦਾ ਨਾਮ ਗੁਜਰਾਤੀ ਪ੍ਰਾਂਤ ਦਾ ਨਾਮ ਗੁਜਰਾਤ ਬੋਲੀ ਦਾ ਨਾਮ ਨੇਪਾਲੀ ਪ੍ਰਾਂਤ ਦਾ ਨਾਂ 네ਪਾਲ ਬੋਲੀ ਦਾ ਨਾਂ ਮਨੀਪੁਰੀ ਪ੍ਰਾਂਤ ਦਾ ਨਾਂ ਮਨੀਪੁਰ ਬੋਲੀ ਦਾ ਨਾਂ ਮਿਖਾਲੀ ਪ੍ਰਾਂਤ ਦਾ ਨਾਂ ਬਿਹਾਰ ਪੰਜਾਬ ਦੀਆਂ ਭਾਸ਼ਾਵਾਂ ਪੰਜਾਬ ਵਿੱਚ ਇਸ ਵੇਲੇ ਤਿੰਨ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਬੋਲੀਆਂ ਜਾਂਦੀਆਂ ਹਨ ਸੰਸਕ੍ਰਿਤ ਅਤੇ ਉਰਦੂਵਾਧੂ ਵਿਸ਼ੇ ਦੇ ਤੌਰ ਤੇ ਪੜੀਆਂ ਲਿਖੀਆਂ ਜਾਂਦੀਆਂ ਹਨ ਪਰੰਤੂ ਪ੍ਰਚਲਿਤ ਉਪਰੋਕਤ ਇਨੋਂ ਭਾਸ਼ਾਵਾਂ ਹੀ ਹਨ ਪੰਜਾਬ ਦੀ ਮਾਂ ਬੋਲੀ ਉਹ ਭਾਸ਼ਾ ਜਿਹੜੀ ਬੱਚਾ ਜਨਮ ਤੋਂ ਬਾਅਦ ਆਪਣੀ ਮਾਂ ਦੀ ਗੋਦੀ ਵਿੱਚ ਬੈਠ ਕੇ ਸਿੱਖਦਾ ਹੈ ਉਹ ਮਾਂ ਬੋਲੀ ਖਵਾਂਦੀ ਹੈ ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ ਸਾਰੇ ਪੰਜਾਬੀ ਆਪਣੀ ਮਾਂ ਬੋਲੀ ਦਾ ਦਿਲੋਂ ਸਤਿਕਾਰ ਕਰਦੇ ਹਨ ਪੰਜਾਬ ਦੀਆਂ ਉਪ ਬੋਲੀਆਂ ਕਿਸੇ ਪ੍ਰਾਂਤ ਦੀ ਕੇਂਦਰੀ ਬੋਲੀ ਦੇ ਅਧੀਨ ਵਕਵਕ ਇਲਾਕਿਆਂ ਦੀ ਇਲਾਕਾਈ ਬੋਲੀ ਉਪਭਾਸ਼ਾ ਜਾਂ ਉਪਬੋਲੀ ਅਖਵਾਉਂਦੀ ਹੈ ਪੰਜਾਬ ਦੀ ਕੇਂਦਰੀ ਭਾਸ਼ਾ ਮੱਝੀ ਹੈ ਪੰਜਾਬ ਦੀਆਂ ਉਪਭਾਸ਼ਾਵਾਂ ਮੱਝੀ ਮੱਝ ਦੇ ਇਲਾਕੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਦੁਆਬੀ ਦੁਆਬੇ ਦੇ ਇਲਾਕੇ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਮਲਵਈ ਮਾਲਵੇ ਦੇ ਇਲਾਕੇ ਲੁਧਿਆਣਾ ਜ਼ਿਲ੍ਹਾ ਫਰੀਦਕੋਟ ਪਵਾਦੀ ਜ਼ਿਲ੍ਹਾ ਰੋਪੜ ਪਟਿਆਲਾ ਦੇ ਹਿੱਸੇ ਜ਼ਿਲ੍ਹਾ ਅੰਮ੍ਰਿਤਸਰ ਸਮੁੱਚੇ ਪੰਜਾਬ ਵਿੱਚ ਉਪਰੋਕਤ ਉਪ ਬੋਲੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਪੰਡਿਆ ਜਾਂਦਾ ਹੈ ਆਓ ਦੁਹਰਾਈਏ ਜਿਸ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਇੱਕ ਦੂਜੇ ਤੱਕ ਬੋਲ ਕੇ ਜਾਂ ਲਿਖ ਕੇ ਪਹੁੰਚਾਉਂਦੇ ਹਾਂ ਉਹ ਬੋਲੀ ਜਾਂ ਭਾਸ਼ਾ ਖਵਾਉਂਦੀ ਹੈ ਬੋਲੀ ਦੋ ਪ੍ਰਕਾਰ ਦੀ ਹੈ ਮੌਖਿਕ ਜਾਂ ਬੋਲਚਾਲ ਦੀ ਬੋਲੀ ਅਤੇ ਲਿਖਤੀ ਜਾਂ ਸਾਹਿਤਿਕ ਬੋਲੀ ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ਪੰਜਾਬ ਵਿੱਚ ਤਿੰਨ ਭਾਸ਼ਾਵਾਂ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਪ੍ਰਚਲਿਤ ਹਨ ਪੰਜਾਬੀ ਪੰਜਾਬ ਦੀ ਮਾਤ ਭਾਸ਼ਾ ਹਿੰਦੀ ਰਾਸ਼ਟਰੀ ਭਾਸ਼ਾ ਅਤੇ ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੋਣ ਕਰਕੇ ਅਪਣਾਈਆਂ ਗਈਆਂ